ਆ ਗਿਆ ਮੇਨ ਚੀਜ਼ ਦਾ ਕੰਮ ਆ ਰਹੀ ਹੈ ਕਿ ਇਹ ਕਰਦਾ ਬਹੁਤ ਲੋਕਾਂ ਨੂੰ ਆਪਾਂ ਲਾ ਕੇ ਧੋਣਾ ਵੀ ਬੱਚਿਆਂ ਬਾਰੇ ਸਮਝਾਓ ਵੀ ਬੱਚਾ ਬਚਾਉਣ ਦਾ ਥੋੜ੍ਹਾ ਕੁਛ ਦੱਸਿਆ ਕਰੋ, ਦੁੱਧ ਇੰਨਾ ਕੁ ਪਿਓ, ਇੰਜ ਕਰੋ ਤੇ ਯਾਰ ਆਪਾਂ ਲੋਕਾਂ ਨੂੰ ਨਾਲ ਟੋਰਨਾ ਵਾ, ਇਹਦੇ ਵੀ ਇਕੱਲਾ ਢਿੱਡ 'ਚ ਲੈ ਕੇ ਆਪਾਂ ਅੱਗੇ ਹੀ ਜਾਣਾ। ਪਤਾ ਕੀ ਚਾਚਾ, ਇੰਨੀ ਦੇਰ ਹੋ ਗਈ ਹੁਣ, ਪਤਾ ਕੀ ਆ, ਆਪਾਂ ਨਾ ਮੈਡੀਸਨ ਤਿਆਰ ਕਰਕੇ ਲੋਕਾਂ ਨੂੰ, ਕਈਆਂ ਲੋਕਾਂ ਨੂੰ ਦਿੱਤੀ, ਇਹਦੇ ਵਿੱਚ ਆ ਵੀ ਭਾਈ ਸ਼ਾਮਲ ਆ, ਔਰ ਇਹਨੂੰ ਇਲਾਵਾ ਹਜ਼ਾਰਾਂ ਦੀ ਕਾਰਨ ਸ਼ਾਮਲ ਆ ਕਿ ਤੈਨੂੰ ਵੀ ਪਤਾ ਸੀ ਤੇਰੇ ਇਲਾਕੇ 'ਚ ਵੀ ਘੁੰਮ ਕੇ ਬਾਹਰੋਂ ਮੈਂ ਖੰਡਰ ਬੱਕਰੀ ਚੱਕਦਾ ਸੀ, ਜਿਹੜੀ ਬਾਹਰ ਜਿਹੜੀ ਨਹੀਂ ਨਿਕਲਦੀ, ਖੰਡਰ ਬੱਕਰੀ ਮੈਂ 6 ਮਹੀਨੇ ਤਿਆਰ ਕਰਕੇ ਦੁਬਾਰਾ ਗਮਨ ਕਰ ਲਿਆ ਸੀ, ਉਹ ਬੱਕਰੀ ਮੇਰੀ ਭੱਜੀ ਜਾਂਦੀ ਵੀ 2.5-3 ਲੱਗ ਜਾਂਦੀ ਸੀ, ਠੀਕ ਹੋ ਗਿਆ, 6 ਮਹੀਨੇ ਜਿਹੜੀ 2.5-3 ਲੱਖ ਦੀ ਮੈਂ ਦੁਆ 'ਚ, ਮੈਨੂੰ ਨਹੀਂ ਬਚਦਾ, ਜਿੰਨੀ ਮਰਜ਼ੀ ਮੈਂ ਵੇਚ ਲਵਾਂ ਦੁਆ 'ਚੋਂ 2.5-3 ਲੱਖ ਰੁਪਈਆ ਨਹੀਂ ਬਚਦਾ, ਠੀਕ ਹੋ ਗਿਆ, ਤੈਨੂੰ ਵੀ ਇਸ ਗੱਲ ਦਾ ਪਤਾ ਵਾ, ਲੇਕਿਨ ਆਪਾਂ ਉਹ ਕੰਮ ਨਹੀਂ ਕੀਤਾ, ਆਪਾਂ ਦੁਆ ਜਿਹੜੀ ਸੀਗੀ ਉਹ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਕਰਤੀ, ਅੱਲ ਹੋ ਗਈ, ਠੀਕ ਹੋ ਗਿਆ, ਔਰ ਅੱਲਾ ਦੇ ਫਦਲ ਨਾਲ ਕਈ ਉਹਨਾਂ ਗੱਬਰਾਂ ਨਿਕਲੀਆਂ, ਜਿਹਨੇ ਵੀ ਖੜੀ ਉਹਦੀ ਗੱਬਾਂ ਨਿਕਲੀ, ਆਪਾਂ ਨੂੰ ਕਿਤੇ ਪਤਾ ਲੱਗਿਆ ਵੀ ਸਾਡੀ ਬੱਕਰੀਆਂ ਕੁੜੀਆਂ ਨੰਬਰ ਸਾਡੀ ਬਿਮਾਰੀ ਇੱਥੇ ਪੈਂਦੀ ਹੈ, ਇਹਦੀ ਆਹ ਸ਼ੈਪਾਂ ਫਿੱਟ ਕਰਦੀ ਹੈ, ਸੈੱਟ ਹੋ ਜਾਂਦੀ ਹੈ। ਕਈ ਸਾਡੇ ਦੋਸਤ ਜਿਹਨੂੰ ਮੌਸਮ ਦੇ ਮੁਤਾਬਕ ਪਤਾ ਨਹੀਂ ਸੀ ਬੱਚੀ ਅਸੀਂ ਕਿਸ ਮੌਸਮ 'ਚ ਲਈਏ, ਹਾਂਜੀ, ਅੱਛਾ, ਉਹਦੇ ਵਿੱਚ ਇਹਨਾਂ ਨੂੰ ਬਕਾਇਦਾ ਫਿੱਟ ਕਰ ਦਿੱਤਾ, ਯਾਰ 10ਵੇਂ ਮਹੀਨੇ ਤੁਸੀਂ ਬੱਕਰੀ ਕ੍ਰਾਸ ਕਰਾਓ, ਠੀਕ ਹੋ ਗਿਆ, 3ਵੇਂ ਮਹੀਨੇ ਤੱਕ ਬੱਕਰੀ ਬੱਚੇ ਦਾ ਵੀ ਮਾਰਜ ਦੇ ਵਿੱਚ ਅੱਲਾ ਦੇ ਫਜ਼ਲ ਨਾਲ ਤੁਹਾਡੀਆਂ 80% ਪ੍ਰੋਬਲਮਾਂ ਉਂਝ ਹੀ ਖਤਮ ਹੋ ਜਾਣਗੀਆਂ, ਮੌਸਮ ਅੱਛਾ ਮਿਲੇਗਾ, ਤੁਹਾਡੀਆਂ ਪ੍ਰੋਬਲਮਾਂ ਖਤਮ ਹੋ ਜਾਣਗੀਆਂ। ਸਾਰੀ ਜ਼ਿੰਦਗੀ ਬੱਕਰੀ ਨੂੰ ਟਾਈਫਾਇਡ ਨਹੀਂ ਹੁੰਦਾ, ਲੇਕਿਨ ਮਲੇਰੀਆ ਹੁੰਦਾ। ਅੱਜ ਵੀ ਤਕਰੀਬਨ ਤੁਸੀਂ 1000 ਬੱਕਰੀ ਚੈੱਕ ਕਰ ਲਓ ਨਾ, ਉਹਦੇ ਵਿੱਚ 300 ਬੱਕਰੀ ਨੂੰ ਮਲੇਰੀਆ ਹੋਏਗਾ, ਬਹੁਤ ਹੈਵੀ ਬੁਖਾਰ ਜਾਏਗਾ, ਫਿਰ ਡਾਊਨ ਹੋ ਜਾਏਗਾ, ਦੁਆ ਦਾਰੂ ਖਾਣ ਦਾ ਬਾਅਦ ਅਗਲੇ ਦਿਨ ਫਿਰ ਹੋ ਜਾਏਗਾ, ਬਹੁਤ ਹੈਵੀ ਜਾਏਗਾ, ਫਿਰ ਡਾਊਨ ਹੋ ਜਾਏਗਾ, ਫਿਰ ਬਹੁਤ ਹੈਵੀ ਜਾਏਗਾ, ਫਿਰ ਡਾਊਨ ਹੋ ਜਾਏਗਾ। ਇਹਦੇ ਵਾਸਤੇ ਸਭ ਤੋਂ ਬਿਹਤਰੀਨ ਚੀਜ਼ ਇਹ ਅਸੀਂ ਕੀਤੀ ਕਿ 1 ਮਹੀਨੇ ਦੇ ਬੱਚੇ ਨੂੰ ਮੱਛਰ ਲੜ ਜਾਵੇ ਅਤੇ ਉਹ ਬਰਦਾਸ਼ਤ ਨਹੀਂ ਕਰਦਾ, 1 ਮਹੀਨੇ ਤੋਂ ਅੱਗੇ ਜਾ ਕੇ ਜਿਹੜਾ ਬਰਦਾਸ਼ਤ ਕਰਨੀਆਂ ਮਲੇਰੀਆ ਨਹੀਂ ਕਰਦਾ, ਉਹ ਮੌਸਮ ਸੈੱਟ ਕੀਤਾ, ਉਹ ਅੱਲਾ ਦੇ ਫਜ਼ਲ ਨਾਲ ਲੋਕਾਂ ਦੇ ਜਾਨਵਰ ਬਚਣਾ ਸ਼ੁਰੂ ਹੋ ਗਏ। ਅੱਜ ਤੋਂ ਤੁਸੀਂ 4-5 ਸਾਲ ਪਿੱਛੇ ਚੱਲ ਜਾਓ, ਕਿੰਨੇ ਕੁ ਲੋਕ ਬੱਕਰੀਆਂ ਦੇ ਸ਼ੌਕੀਨ ਸੀਗੇ, ਜਿਸ ਦਿਨ ਧਾਗੋਂ ਆਏ ਉਧਰ ਨਵੇਂ ਸੀਗੇ, ਉਧਰ ਪੁਰਾਣੇ ਸੀਗੇ, ਹਾਂਜੀ, ਅੱਜ ਨਵੇਂ ਤਿਆਰ ਕੀਤੇ, ਮਹਾਰਾਣਾ ਸਾਹਿਬ ਦੇ ਪੰਜਾਬ ਬੰਦੇ ਮੁੰਡੇ ਬੈਠੇ, ਜਿਸ ਦਿਨ ਪਿੱਛੇ ਬੈਠੇ ਨੇ, ਜਿਸ ਦਿਨ ਅਸੀਂ ਤੁਹਾਡੇ ਕੋਲ ਪਿੱਛੇ ਮੇਰਾ ਕੈਮਰਾ ਮਾਰੀ, ਸਾਰੇ ਬੰਦੇ ਦੀ ਆਏ ਪਿੱਛੇ, ਕਿੰਨੇ ਜਣੇ ਬੈਠੇ ਆ, ਕਦੇ ਇੱਕ ਦੋ ਸਹੀ ਹੋ ਗਏ, ਜਿਸ ਦਿਨ ਅਸੀਂ ਤੁਹਾਡੇ ਕੋਲ ਆਏ ਆ, ਹਾਂਜੀ, ਉਸ ਦਿਨ ਪੂਰੇ ਪਾਕਿਸਤਾਨ ਜਿੱਦਾਂ ਹੀ ਬੱਕਰੀ ਫਾਰਮਿੰਗ ਸੀ ਜਿੱਦਾਂ ਅੱਜ ਨਹੀਂ, ਫਾਰਮਿੰਗ ਹੁਣ ਟੁਰਨਾ ਸ਼ੁਰੂ ਹੋ ਗਈ, ਠੀਕ ਹੋ ਗਿਆ, ਜਿਸ ਦਿਨ ਪਾਕਿਸਤਾਨ ਦੇ ਵਿੱਚ ਆ ਕੇ ਕਦਮ ਰੱਖਿਆ ਨਾ, ਉਸ ਵਕਤ ਪਾਕਿਸਤਾਨ ਦੇ ਕਿਸੇ ਸ਼ਹਿਰ ਦੇ ਵਿੱਚ ਫਾਰਮਿੰਗ ਨਹੀਂ ਸੀ, ਅੱਜ ਹਰ ਸ਼ਹਿਰ ਦੇ ਵਿੱਚ, ਹੁਣ ਤਾਂ ਮਾਸ਼ਾਅੱਲਾ ਜੀ ਇਹਨਾਂ ਜਿਹੜੇ ਇੰਡੀਆ ਦੇ ਵਿੱਚ ਬਹੁਤ ਫਾਰਮ ਬਣਦੇ ਨੇ ਇਸ ਬੱਕਰੀ ਦੇ ਪਾਸੇ, ਅੱਲਾ ਦੇ ਫਜ਼ਲ ਨਾਲ ਇਹ ਵੀ ਗੱਲ ਆ ਕਿ ਲੱਖਾਂ ਦੀ ਤਾਦਾਦ ਨਾਲ ਮੇਰੇ ਨੁਕਸਾਨ ਤੋਂ ਲੋਕਾਂ ਨੇ ਫਾਇਦਾ ਚੱਕਿਆ, ਅੱਲਾ ਦੇ ਹੁਣ ਚੱਕਣੇ ਸੀ, ਇਹੀ ਤਾਂ ਲੋਕਾਂ ਨੂੰ ਸਮਝਾਉਂਦੇ ਵੀ ਅੱਗੇ ਚੱਲੋ, ਅੱਗੇ ਹੁਣ ਆ ਗਿਆ ਵਾ ਕਿ ਤੇਰਾ ਨੂੰ ਸ਼ੌਕ ਬਰੀਕ ਲੋਈ ਦਾ, ਮੇਰਾ ਮੋਟੀ ਲੋਈ ਦਾ, ਠੀਕ ਆ, ਕੋਈ ਕਹਿੰਦਾ ਵਾ ਕਿ ਸਾਨੂੰ ਵੱਡੇ ਕੰਧਾਂ ਦੀ ਚਾਹੀਦੀ, ਕੋਈ ਕਹਿੰਦਾ ਸਾਨੂੰ ਸੋਹਣੇ ਗੱਡੀਆਂ ਦੀ ਚਾਹੀਦੀ, ਉਹ ਆਪਾਂ ਕਿਸੇ ਨੂੰ ਬਦਲ ਨਹੀਂ ਸਕਦੇ। ਜਿਸ ਜਗ੍ਹਾ 'ਤੇ ਇਸ ਸੀਟ ਦੇ ਉੱਤੇ ਅਸੀਂ ਖੜੇ ਹਾਂ ਨਾ, ਅੱਜ ਅਸੀਂ ਕਹਿ ਦਈਏ ਸਾਡੀ ਅੰਮ੍ਰਿਤਸਰ ਹੀ ਸਭ ਨਾਲੋਂ ਚੰਗੀ ਆ, ਫਿਰ ਆਪਾਂ ਪਾਕਿਸਤਾਨ ਵਾਸਤੇ ਕੀ ਕੀਤਾ, ਪਾਕਿਸਤਾਨ ਦੀ ਹਰ ਬੱਕਰੀ ਚੰਗੀ ਹੈ, ਠੀਕ ਹੋ ਗਿਆ, ਅੱਜ ਜੇ ਅਸੀਂ 20 ਲੱਖ ਦਾ ਚੈੱਕ ਭਰਦੇ ਹਾਂ ਨਾ, ਅਤੇ ਇਹ ਆਪਣੀ ਅੰਮ੍ਰਿਤਸਰ ਨੂੰ ਚੰਗੀ ਬਣਾ ਕੇ 40 ਲੱਖ ਦਾ ਚੈੱਕ ਭਰਨ ਲੱਗਾਂਗੇ ਤਾਂ ਉਹ ਕੋਈ ਫਖਰ ਵਾਲੀ ਗੱਲ ਨਹੀਂ ਹੋਊਗਾ। ਜੇ ਅਸੀਂ ਪਾਕਿਸਤਾਨ ਦੀ ਸਾਰੀ ਬੱਕਰੀ ਨੂੰ ਚੰਗਾ ਕਹਾਂਗੇ, 20 ਲੱਖ ਦਾ ਚੈੱਕ ਨਾ ਵੀ ਭਰ ਹੋਇਆ ਜੇਬ 'ਚ, 20 ਰੁਪਏ ਕੱਢ ਕੇ ਵਰਤ ਲਾਂਗੇ, ਉਹਨੂੰ ਫਖਰ ਮਹਿਸੂਸ ਕਰਾਂਗੇ। ਅੱਛਾ, ਅੱਗੇ ਹੁਣ ਤੁਸੀਂ ਜਿਹੜੀ ਨਸਲ ਦੀ ਗੱਲ ਕਰਦੇ ਹਾਂ, ਜਿਹੜੇ ਆਪਾਂ ਨਸਲ ਦੇ ਉੱਤੇ ਗੱਲ ਕਰਨੀ ਹੈ ਨਾ, ਪੂਰੀ ਦੁਨੀਆ ਦਾ ਕਾਨੂੰਨ ਆ, ਪਠਾਨ ਦਾ ਪੁੱਤ ਪਠਾਨ ਹੀ ਪੈਦਾ ਹੋਣਾ ਵਾ, ਠੀਕ ਹੋ ਗਿਆ, ਇੱਦਾਂ ਹੀ ਨਹੀਂ, ਪੱਟ ਦਾ ਪੁੱਤ ਬਾਟੀ ਪੈਦਾ ਹੋਣਾ ਵਾ, ਗੁੱਜਰ ਦਾ ਪੁੱਤ ਗੁੱਜਰ ਹੀ ਪੈਦਾ ਹੋਣਾ ਵਾ, ਜਿਹੜੇ ਤੁਸੀਂ ਹੱਟ ਕੇ ਇਸ ਤੋਂ ਚੱਲਣਾ ਫਿਰ ਉਹ ਚੀਜ਼ ਪੈਦਾ ਨਹੀਂ ਹੋਣੀ, ਇਹ ਗੱਲ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਜਿੰਨੀ ਦੇਰ ਤੱਕ ਨਸਲ ਦੇ ਉੱਤੇ ਤੁਸੀਂ ਗੱਲ ਕਰਦੇ ਹਾਂ, ਮਾਂ ਪਿਓ ਦੋਨੇ ਚੰਗਾ ਨਹੀਂ ਹੁੰਦਾ, ਨਸਲ ਨਹੀਂ ਬਣਦੀ,
ਜਿਸ ਤੱਕ ਆਪਾਂ ਮਰਜ਼ੀ ਢਿੱਲ ਮਾਰੀਏ। ਜਿਸ ਵੇਲੇ ਅਸੀਂ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਤਾਂ ਉਹਨੇ ਕਹੇ ਕਿ ਤੂੰ ਮਾੜੇ ਤੋਂ ਚੰਗੇ 'ਤੇ ਆਓ, ਚੰਗੇ ਦੋਸਤ ਚੰਗੇ 'ਤੇ ਜਾਓ, ਚੰਗੇ ਦੋਸਤ ਚੰਗੇ 'ਤੇ ਜਾਓ, ਫਿਰ ਆਪਾਂ ਕਹਿੰਦੇ ਆਹ ਗੁਜ਼ਾਰਾ ਯਾਰ ਇਸ ਤਰ੍ਹਾਂ ਵੀ ਤੂੰ ਕਰ ਸਕਦਾ, ਆਹ ਗੁਜ਼ਾਰਾ ਤੂੰ ਇਸ ਤਰ੍ਹਾਂ ਵੀ ਕਰ ਸਕਦਾ, ਆਹ ਗੁਜ਼ਾਰਾ ਤੂੰ ਇਸ ਤਰ੍ਹਾਂ ਵੀ ਕਰ ਸਕਦਾ। ਹਾਂਜੀ ਠੀਕ ਹੋ ਗਿਆ। ਅੱਛਾ ਹੁਣ ਚੰਗੀ ਜਿਹੜੀ ਬੱਕਰੀ ਫਾਰਮਰ ਨੂੰ ਬਚਾਉਂਦੀ ਆ, ਜਿਹੜੀ 3 ਕਿਲੋ ਦੁੱਧ ਦਿੰਦੀ ਉਹ ਫਾਰਮਰ ਨੂੰ ਬਚਾ ਜਾਂਦੀ ਆ, ਕਿਤੇ ਵੀ ਨੁਕਸਾਨ ਨਹੀਂ ਕਰਦੀ। 3 ਕਿਲੋ ਜਿਹੜਾ ਦੁੱਧ ਆ ਧਰਤੀ ਬਾਹਰ ਮਾਰਕੀਟ ਦੇ ਵਿੱਚ 200 ਰੁਪਏ ਲੀਟਰ ਚੱਲ ਰਿਹਾ, 600 ਰੁਪਏ ਦਾ ਬਣ ਜਾਂਦਾ। ਆਮ ਦੁੱਧ ਜਿਹੜਾ ਬਾਹਰ ਮਾਰਕੀਟ ਦੇ ਵਿੱਚ 200 ਰੁਪਏ ਚੱਲ ਰਿਹਾ ਵਾ, ਠੀਕ ਹੋ ਗਿਆ। ਜਿਹੜੇ ਲੋਅ ਏਰੀਆ ਉੱਥੇ 130 ਰੁਪਏ ਤੋਂ 150 ਰੁਪਏ ਤੱਕ ਚੱਲ ਰਿਹਾ ਵਾ, ਜਿਹੜੇ ਅੱਛੇ ਏਰੀਆ ਉੱਥੇ 250 ਰੁਪਏ ਤੱਕ ਚੱਲ ਰਿਹਾ ਵਾ। ਆਪਾਂ ਅਗਰ ਇਹਨਾਂ ਦੋਵਾਂ ਨੂੰ ਮਿਕਸ ਕਰਦੇ ਹਾਂ ਤਾਂ 200 ਰੁਪਇਆ ਰੇਟ ਐਵਰੇਜ ਆ ਜਾਂਦੀ ਆ। 600 ਰੁਪਇਆ ਬੱਕਰੀ ਖਰਚਾ ਨਹੀਂ ਖਾਂਦੀ, 300 ਰੁਪਇਆ ਵੀ ਬੱਕਰੀ ਖਰਚਾ ਨਹੀਂ ਕਰਦੀ, ਜਿੰਨਾ ਮਰਜ਼ੀ ਤੁਸੀਂ ਢਿੱਲ ਮਾਰ ਲਓ, ਠੀਕ ਹੋ ਗਿਆ। ਲਿਹਾਜ਼ਾ ਇਸ ਵਕਤ ਦੇ ਵਿੱਚ ਜੋ ਹਿਸਾਬ ਆ ਨਾ ਦੁੱਧ ਦਾ, ਕਿ ਸਾਡੀ ਜਿਹੜੀ ਮੇਨ ਕੋਸ਼ਿਸ਼ ਆ ਕਿ ਅਸੀਂ ਹਰ ਘਰ ਦੇ ਵਿੱਚ ਦੁੱਧ ਦੀ ਫੈਕਟਰੀ ਲਗਾ ਦਈਏ, ਹਰ ਘਰ ਦੇ ਵਿੱਚ ਦੁੱਧ ਦੀ ਫੈਕਟਰੀ। ਦੁੱਧ ਦੀ ਫੈਕਟਰੀ ਕਿਸ ਤਰੀਕੇ ਨਾਲ ਲੱਗ ਸਕਦੀ ਆ, ਕਿ ਪਹਿਲੇ ਇੱਕ ਵਕਤ ਸੀਗਾ ਕਿ ਲੋਕ ਕਹਿੰਦੇ ਬੱਕਰੀ ਚਾਰ ਕੇ ਬਚਦੀ ਆ, ਹੁਣ ਅੱਲਾਹ ਦੇ ਫਜ਼ਲ ਨਾਲ ਉਸ ਵਕਤ ਤੋਂ ਆਪਾਂ ਬਹੁਤ ਅੱਗੇ ਨਿਕਲ ਗਏ ਹਾਂ। ਇਹ ਗੱਲ ਤੁਸੀਂ ਵੀ ਹੁਣ ਮੰਨਦੇ ਆ ਕਿ ਆਪਾਂ ਚਾਰਨੇ ਤੋਂ ਇਲਾਵਾ ਘਰ ਰੱਖ ਕੇ ਵੀ ਬਚਾ ਸਕਦੇ ਹਾਂ? ਉਹ ਤਾਂ ਇਸ ਗੱਲ ਦਾ ਤਾਂ ਮੈਂ ਤੁਹਾਨੂੰ ਪਹਿਲੇ ਦੱਸਿਆ, ਤੈਨੂੰ ਮੈਂ ਇਹ ਗੱਲ ਕੀਤੀ ਸੀ ਵੀ ਯਾਰ ਕਿਵੇਂ ਰਜਾਏਗਾ, ਕਿਹੜੀ ਸਿਆਪੇ ਨੂੰ ਪੈ ਗਏ ਆ, ਕਿਉਂਕਿ ਚਾਚਾ ਅੱਲਾਹ ਖਿਆਲ ਕਰੇਗਾ। ਤੁਸੀਂ ਜਾ ਕੇ ਗੁਜਰਾਤ ਦੇ ਵਿੱਚ ਆਪਣਾ ਫਾਰਮ ਬਣਾਇਆ, ਜਾਂ ਕਾਮਯਾਬ ਹੋਏ ਵੇਖਦੇ ਨੇ ਬੱਕਰ ਬਣਾਈਆਂ, ਸੈੱਟ ਬਣਾਏ, ਮੁੜ ਕੇ ਇੱਥੇ ਵੀ ਬਣਾਇਆ, ਤੁਹਾਨੂੰ ਹੀ ਇਹੀ ਗੱਲ ਕਹਿੰਦੇ ਤੁਹਾਡਾ ਟੀ ਐਮ ਆਰ ਤੁਹਾਨੂੰ ਆਵਾਜ਼ ਸਹੀ ਦਿਆ, ਸਹੀ ਦਿਆ ਸਾਨੂੰ, ਅਸੀਂ ਤਾਂ ਅਜੇ ਵੀ ਚਲਾਵੇ ਹਾਂ, ਐਵੇਂ ਤੈਨੂੰ ਆ ਗਿਆ ਜੀ ਨਹੀਂ ਅਸੀਂ ਨਹੀਂ ਛੱਡ ਨਹੀਂ ਸਕਦੇ, ਕੋਈ ਸਾਨੂੰ ਨਸ਼ਾ ਪਹੁੰਚਾ ਦਿੰਦਾ ਵਾ। ਅੱਛਾ ਹੁਣ ਸਾਡਾ ਪਿਛਲਾ ਪੋਲ ਆ ਕਿ ਅਸੀਂ ਚਲਾਵੇ ਨਹੀਂ, ਸਾਡੇ ਪੇਦਾ ਦੇ ਚਲਾਵੇ ਨਹੀਂ, ਚਲਾਵੇ ਨਹੀਂ ਗੇ ਜਿਹਦੇ ਪੜ੍ਹੇ ਲਿਖਿਆ ਦਾ ਕੰਮ, ਪੜ੍ਹੇ ਲਿਖਿਆ ਹੋ ਗਏ ਨੇ ਨਹੀਂ, ਹੁਣ ਚਾਹੇ ਹੁਣ ਪੜ੍ਹੇ ਲਿਖਿਆ ਦਾ ਕੰਮ ਆ, ਜਿਹਨਾਂ ਤੇ ਅਸੀਂ ਚਾਹੀਦਾ ਸੀਗਾ ਉਹਨਾਂ ਅਸੀਂ ਕੀ ਇਹ ਐਡਾ ਸੀਗਾ। ਹੁਣ ਮੈਂ ਆ ਗਈ ਗੱਲ ਸ਼ੁਕਲ ਜੀ ਵੀ ਵਿੱਚ, ਸਕੂਲੇ ਵੀ ਜਾਇਆ, ਸਕੂਲੇ ਵੀ ਪੜ੍ਹਿਆ, ਬੱਕਰੀ ਵੀ ਚਾਰੀ, ਹਾਲਾਂ ਪਿਓ ਉਹਨਾਂ ਦਾ ਵਾਲਦ ਸਾਹਿਬ ਜਿਹੜੇ ਨਾ ਉਹ ਪੁਲਿਸ ਦੇ ਮੁਲਾਜ਼ਮ ਸਨ, ਅਤੇ ਇਹਨੂੰ ਛੋਟੇ ਹੁੰਦੇ ਨੂੰ ਵੀ ਸ਼ਿਕਾਇਤ ਸੀਗਾ ਕਿ ਇਹਨੇ ਮਜਬੂਰੀ ਸੀ, ਇਹਨੂੰ ਇਹਨੂੰ ਸ਼ੌਂਕ ਦੀ, ਸ਼ੌਂਕ ਦੇ ਵਿੱਚ ਹੁੰਦਿਆਂ ਬੱਕਰੀ ਜੀ ਰਿਹਾ ਹੈ, ਉਹ ਤੁਹਾਡੇ ਰੰਗ ਨੂੰ ਲੱਗਦਾ ਦੂਸਰਾ ਇਸ਼ਕ, ਜਿਹੜਾ ਬੱਕਰੀ ਦੀ ਇਸ਼ਕ ਦੀ ਗੱਲ ਕਰਦਾ ਤੂੰ ਤਾਂ ਮੁਸ਼ਕਿਲ ਹੈ ਨਾ, ਇਸ਼ਕ ਦਾ ਕੰਮ ਹੁੰਦਾ ਵਾ ਜਿਹਦੇ ਅੰਦਰ ਜਨੂਨ ਹੋਵੇ ਉਹਨੇ ਕਰਨਾ, ਇਹਨੂੰ ਵੀ ਜਨੂਨ ਹੈਗਾ ਤੇ ਕਰਦਾ, ਨਹੀਂ ਤੇ ਇਹ ਵੀ ਇਹ ਮੈਂ ਮੁਲਾਜ਼ਮ ਤੇ ਕੌਣ ਕਰ ਸਕਦਾ, ਦੁਬਈ ਛੱਡ ਕੇ ਆ ਕਿਤੇ ਗਏ ਜੀ, ਦੁਬਈ ਰਹੀ ਉੱਥੇ ਉਹ ਤਕਰੀਬਨ ਮੈਨੂੰ ਪਤਾ ਪੁੱਤਰ ਤੈਨੂੰ ਨਾ, ਤੂੰ ਜਦੋਂ ਸਕੂਲ ਜਾਂਦਾ ਸੀ ਮੈਨੂੰ ਉਦੋਂ ਦਾ ਪਤਾ, ਮੈਂ ਤੈਨੂੰ ਉਹਨਾਂ ਨਾਲ ਗੱਲ ਕਰਨ ਡਿਆ ਵਾ, ਤੂੰ ਅਜੇ ਨਵਾਂ ਨਵਾਂ ਮੁਸ਼ਕਿਲ ਆ, ਇਸ ਵਿੱਚ ਆ ਜਿਹੜਾ ਬੱਕਰੀ ਆ 2009 ਤੈਨੂੰ ਵੀ ਪਤਾ ਹੀ ਤਾਂ ਮੁੜੇ ਤੈਨੂੰ ਕਾਲ ਗਈ ਆ, ਹਾਂ ਜੀ ਗਈ, ਤੇ ਇਹਨੂੰ ਕਿਰਾਇਆ ਭਰਤੀ ਨੇ ਭੱਜਿਆ ਆ, ਭੱਜਿਆ ਆ ਬਿਲਕੁਲ ਜੀ, ਇਹ ਜਿਹਨਾਂ ਬਾਹਰ ਵੀ ਛੱਡ ਗਏ ਆ, ਮੈਨੂੰ ਜਦੋਂ ਜਾ ਕੇ ਇਹਨਾਂ ਨੇ ਲਾਹੌਰ ਜਾਣਾ ਵਾ ਆਪਣਾ ਰਿਜ਼ਲਟ ਦੇਣ ਆਇਆ ਸੀ, ਉਹ ਕੀ ਕਹਿੰਦੇ ਹੁੰਦੇ ਜਾਂ ਸਾਹਿਬ ਗਏ ਤੁਸੀਂ ਸੀਵੀ ਜਿਹਨੂੰ ਕਹਿੰਦੇ, ਹਾਂਜੀ ਗਿਆ ਸੀਗਾ ਤੇ ਇਹਨਾਂ ਨੇ ਕਿਹਾ ਮੈਂ ਚਾਚਾ ਜੀ ਜਾ ਰਿਹਾ ਦੁਆ ਕਰੋ ਲਈ ਕਾਮਯਾਬ ਹੋ ਜਾਈਏ, ਫਿਰ ਬਾਅਦ 'ਚ ਜਾ ਕੇ ਬਾਹਰ ਗਿਆ ਸੀ, ਇਹਨੂੰ ਸ਼ੌਕ ਬੱਕਰੀ ਦਾ ਹੀ ਵਾਕਈ ਇਹਦੇ ਅੰਦਰ ਜਨੂਨ ਹੈਗਾ ਹੀ ਸੀ, ਮੈਂ ਅੱਜ ਵੀ ਤਰੀਫ ਢੱਲਾ ਪੱਕਦੀ ਆ, ਬਟ ਫਿਰ ਵੀ ਇਹਦੇ ਵਿੱਚ ਅੱਜ ਵੀ ਕਹਿੰਦਾ ਜਿਸ ਬੰਦੇ ਜਨੂਨ ਸੀ ਥੋੜ੍ਹਾ ਜਿਹਾ ਇਸ਼ਕ ਨਾਲ ਇਹਨੇ ਕੰਮ ਕੀਤਾ ਵਾ। ਅੱਗੇ ਆ ਗਿਆ ਕਿ ਆਪਾਂ ਪਿਛਲੇ ਪੜ੍ਹਿਆ ਸੀਗਾ, ਪੜ੍ਹੇ ਨੇ ਫੜ ਕੇ ਪੜ੍ਹਿਆ ਵਾਲਾ ਕੰਮ ਜੋ ਉਹਨੇ ਰਿਜ਼ਲਟ ਕੱਢਿਆ ਨਾ ਅੰਗਰੇਜ਼ਾਂ ਵਾਲੇ ਸੋਚਣਾ, ਅਤੇ ਉਹ ਆਸਾ ਆਸਾ ਅੱਗੇ ਆ ਰਿਹਾ, ਅਸੀਂ ਚਲਾਵੇ ਅੱਜ ਵੀ ਕਹਾਂਗੇ ਤੇ ਕੱਲ੍ਹ ਵੀ ਕਹਾਂਗੇ, ਨਹੀਂ ਇਨਸ਼ਾਅੱਲਾ ਜੱਜਾ ਤੁਸੀਂ ਸਾਰੇ, ਬਾਕੀ ਇੱਕ ਮੈਂ ਦੇਖਿਆ ਵਾ ਚਾਚੇ ਸ਼੍ਰੀ ਤੇ ਸਾਹਿਬ, ਮੈਂ ਇਹ ਵੀ ਗੱਲ ਆ ਲਾਈਵ ਵੀਡੀਓ ਦੇਖਣ ਦੀ ਆ, ਮੁੰਡਾ ਕੈਮਰਾ ਕਰੇ ਗੱਲ, ਮੈਂ ਦਾਅਵੇ ਨਾਲ ਕਹਿੰਦਾ ਵਾ
ਕਿ ਅੱਜ ਤੋਂ ਠੀਕ 5 ਸਾਲ ਬਾਅਦ ਚਾਚਾ ਚਰਾਵਾ ਨਹੀਂ ਹੋਏਗਾ, ਇਹ ਵੀ ਫਾਰਮਰ ਹੋਏਗਾ। ਮੈਂ ਵੀ ਕਹਿਣਾ ਕਰਦਾ ਇਨਸ਼ਾਅੱਲਾ ਤਾਲਾ ਲੱਗਦਾ ਨਹੀਂ ਇਹ ਫਾਰਮ ਨਿਕਾਲਾ ਕਿ ਆਉਂਦਾ ਜਾਂਦਾ ਬੈਗ ਨਹੀਂ ਪਤਾ ਕੀ ਹੈ ਕਿ ਯਾਰ ਹਰ ਇਹਦੇ ਇੱਕ ਆਪਣਾ ਪਰਾਂ ਹੁੰਦਾ ਲੇਕਿਨ ਨਹੀਂ ਬਾਹਰ ਸਾਨੂੰ ਖਰਾਬ ਲੱਗਣ ਦੀ ਆਪਣੀ ਬੱਕਰੀ। ਅੱਛਾ ਬਾਹਰ ਖਰਾਬ ਖਤਮ ਹੋ ਗਈ ਹੈ, ਬਾਹਰ ਦੀ ਖਰਾਬ ਦੀ ਸੁਣ ਲਓ ਜੀ, ਉੱਥੇ ਬੱਕਰੀ ਜਾਂਦੀਆਂ ਨੇ ਸਾਡੀਆਂ ਤੇ ਫਾਰ ਬੱਕਰੀਆਂ ਵਾਲਿਆਂ ਨੇ ਰੇਬਟ ਵਾਲਿਆਂ ਨੇ। ਮੇਰਾ ਖਿਆਲ ਹੈ ਮੈਂ ਤੋਰ ਪੂਰੇ ਲਾ ਕੇ ਬੈਠੀ ਹੋ ਲਾ ਕੇ ਨਾ ਮੇਰੀ ਗੱਲ ਹੁੰਦੀ ਵੀ ਬਾਟਰ ਤੱਕ ਸਾਰਿਆਂ ਨੇ ਬੱਕਰੀਆਂ ਤੋਂ ਬਾਹਰ ਕਰ ਲਈਆਂ ਸਿੱਟੇ ਖਵਾ ਖਵਾ ਕੇ ਸਿੱਟੇ ਸੇਲ ਵੀ ਕਰਦੇ ਪਏ ਬਾਈ। ਫੂਡ ਤੇ ਫਿਊਲ ਇਹ 3 ਚੀਜ਼ਾਂ ਐਸੀਆਂ ਜਿਹੜੀਆਂ ਰੋਜ਼ ਮੈਸ਼ਰ ਦੇ ਦਿਨ ਤੱਕ ਚੱਲਣੀਆਂ ਅੱਲਾ ਦੇ ਫਦਲ ਨਾਲ। ਠੀਕ ਹੋ ਗਿਆ, ਫੀਡ ਵੀ ਜਾਨਵਰਾਂ ਨੇ ਖਾਣੀ ਖਾਣੀ ਆ, ਫੂਡ ਵੀ ਬੰਦਿਆਂ ਨੇ ਖਾਣਾ ਹੀ ਖਾਣਾ ਵਾ, ਜਿਹੜਾ ਜਾਨਵਰਾਂ 'ਚ ਕੋਈ ਸ਼ਹਿਦ ਹੁੰਦੀ ਉਹ ਵੀ ਖਾਣੀ ਖਾਣੀ ਆ। ਫਿਊਲ ਜਿਹੜਾ ਆਪਾਂ ਲੱਕੜੀ ਨਾਲ ਚਲਾ ਲਈਏ, ਬਿਜਲੀ ਨਾਲ ਚਲਾ ਲਈਏ, ਤੇਲ ਨਾਲ ਚਲਾ ਲਈਏ, ਆਪਣੇ ਆਪ ਨੂੰ ਜਾਨਵਰ ਦਾ ਫਿਊਲ ਵੀ ਵਰਤਣਾ ਹੀ ਵਰਤਣਾ ਵਾ, ਉਹ ਕਿਸੇ ਵੀ ਸ਼ਕਲ 'ਚ ਹੋਵੇ। ਇਹ ਕਿਆਮਤ ਦੇ ਦਿਨ ਤੱਕ ਸਾਡੇ ਜਿੰਨੇ ਵੀ ਬੰਦੇ ਬੈਠੇ ਆ, ਜਿੰਨੇ ਵੀ ਲੋਕ ਪੈਦਾ ਹੋਣੇ ਆ, ਇਹਨਾਂ ਸਾਰਿਆਂ ਦੀ ਜ਼ਰੂਰਤ ਆ। ਚਾਚਾ ਕਰੇ ਬੱਕਰੀ ਵੀ ਵਿਖਾਉਂਦਾ ਵਾ ਫਰਾਂਸ ਸਾਹਿਬ ਕਿਸੇ ਕਰਕੇ, ਅੱਜ ਨਾ ਵੀ ਹੋ ਗਿਆ ਦੱਸਿਆ ਨੀ ਤੈਨੂੰ ਆਉਣ ਲੱਗਿਆ ਵੀ ਐਵੇਂ ਜਾ ਰਹੇ ਰਸਤੇ ਮੈਂ ਲੈ ਜਾਣਾ ਇਹਨੂੰ ਉਸ ਤਰ੍ਹਾਂ ਫੜਨਾ ਵਾ ਅਤੇ ਇਹਨੂੰ ਦੱਸਿਆ ਨਾ ਵੀ ਜਾਣਾ ਮਿਲਣਾ ਤੈਨੂੰ, ਅਤੇ ਫਿਰ ਸ਼ਾਇਦ ਬੰਦੇ ਕੋਲ ਟਾਈਮ ਲੈਣਾ ਪੈਂਦਾ ਵਾ, ਪਰ ਮੈਂ ਕਿਹਾ ਨਾ ਟੱਕਰ ਦੀ ਅੱਗੇ ਨਿਕਲ ਜਾਵਾਂਗੇ। ਪਰ ਮੌਸਮ ਤੁਹਾਡੀ ਕੋਈ ਜਾਨਵਰ ਕਿੰਨੇ ਕਰ ਸਾਡੇ ਕੋਲ ਛੋਟੇ ਵੱਡੇ ਹੈਗੇ 35 ਮਾਸ਼ਾਅੱਲਾ। ਤੁਸੀਂ ਕੀ ਕੰਮ ਕਰਦੇ ਜੀ? ਪਹਿਲੇ ਵੀ ਕੰਮ ਸ਼ਾਨਦਾਰ ਸੀ, ਚੰਗੀ ਤੋਂ ਚੰਗੀ ਗੱਡੀ ਥੱਲੇ ਰਹੀ ਆ। ਅੱਛਾ, ਤੇ ਹੁਣ ਚਾਚਾ ਮੇਰਾ ਕੋਈ ਨੀ ਐਸੀ ਗੱਲ, ਹੁਣ ਤੁਹਾਨੂੰ ਉਸ ਬੱਕਰੀਆਂ ਦੇ ਲੈਵਲ ਦੀ ਗੱਲ ਦੱਸਦੇ ਆ, ਹੁਣ ਵੀ ਅੱਲਾ ਦੀ ਰਹਿਣਾ ਮੁੰਡੇ ਕਮਾਉਂਦੇ ਆ ਤੇ ਮੌਜ ਕਰਨ ਦੇ ਆ। ਠੀਕ ਹੋ ਗਿਆ, ਕਿੰਨੇ ਕਿਉਂ ਤੁਸੀਂ ਫਾਰਮ ਲਾਇਆ ਆਪਣਾ ਬੱਕਰੀਆਂ ਦਾ? ਪਿਛਲੇ ਟਾਈਮ 2 ਘੰਟੇ 3 ਘੰਟੇ ਬੱਚੇ ਬਾਹਰ ਵੀ ਖੇਡ ਕੇ ਲਿਆਂਦੇ ਆ। ਠੀਕ ਕਿ ਬੱਕਰੀ ਰੱਖ ਸਕਦਾ ਬੰਦਾ ਹਰ ਬੰਦਾ। ਹੁਣ ਆਪਣੀ ਗੱਲ ਹੋਣੀ ਸੀਗੀ ਕਿ ਬਾਹਰ ਕੈਮੀਕਲ ਵਾਲਾ ਦੁੱਧ ਬੇਸ਼ੁਮਾਰ ਵਿਕਦਾ। ਹਾਂਜੀ, ਠੀਕ ਹੋ ਗਿਆ। ਦੁੱਧ ਜਿਹੜੀ ਪਾਣੀ ਵਾਲੀ ਗੱਲ ਆ, ਇਹ ਤਾਂ ਹੁਣ ਬਹੁਤ ਪਿੱਛੇ ਰਹਿ ਗਈ ਆ। ਪਾਣੀ ਤੇ ਗੱਲ ਹੀ ਕੋਈ ਨੀ, ਉਹਦੇ ਵਿੱਚ ਐਸੀਆਂ ਸ਼ੈਸੀਆਂ ਸ਼ੀਆਂ ਨਾਲ ਦੁੱਧ ਬਣਾ ਦਿੰਦੇ ਜੇ ਹਿਸਾਬ ਨਹੀਂ ਪਾਣੀ ਵਾਲਾ ਦੁੱਧ। ਚਲੋ ਹੁਣ ਜਿਹੜੀ ਇਸ ਟਾਈਮ ਸਾਡੀ ਪਾਣੀ ਵਾਲੀ ਨਸਲ ਨੂੰ ਜ਼ਰੂਰਤ ਆ ਨਾ, ਉਹ ਹਰ ਘਰ ਦੇ ਵਿੱਚ ਬੱਕਰੀ ਜਿਹੜੀ ਆ ਨਾ ਹੋਣੀ ਚਾਹੀਦੀ, ਮੌਜੂਦ ਹੋਣੀ ਚਾਹੀਦੀ ਆ।
ਠੀਕ ਹੋ ਗਿਆ। ਇਹ ਛੋਟੇ ਤੋਂ ਛੋਟੇ ਘਰ ਦਾ ਜਿਹੜਾ ਦੁੱਧ ਦਾ ਖਰਚਾ ਨਾ ਉਹ ਹੈਗਾ 1.5 ਲੀਟਰ, ਛੋਟੇ ਤੋਂ ਛੋਟੇ ਘਰ ਦਾ ਵੀ ਜਿਹੜਾ ਦੁੱਧ ਦਾ ਖਰਚਾ ਵਾ ਉਹ ਹੈਗਾ 1.5 ਲੀਟਰ, ਉਹਦਾ ਬਣਦਾ ਵਾ 300 ਰੁਪਇਆ, 1.5 ਲੀਟਰ ਦੁੱਧ ਦਾ ਬਣਦਾ 300 ਰੁਪਇਆ। 300 ਰੁਪਏ ਦੇ ਵਿੱਚ ਇੱਕ ਬੱਕਰੀ ਆਸਾਨੀ ਨਾਲ ਇੱਕ ਘਰ ਦੇ ਵਿੱਚ ਗੁਜ਼ਾਰਾ ਕਰਾਉਂਦੀ ਆ ਔਰ ਦੁੱਧ ਵੀ ਪੈਦਾ ਕਰਦੀ ਆ, ਠੀਕ ਹੋ ਗਿਆ। ਆਮ ਨਾਰਮਲ ਸਾਡੀ ਜਿਹੜੀ ਦੋਗਲੀ ਮੋਗਲੀ ਬੱਕਰੀ ਵੀ ਲੈ ਲਈਏ ਨਾ, ਠੀਕ ਹੈ, 70,000 ਦੀ ਰੇਂਜ ਆ ਰਹੀ, 80,000 ਦੀ ਰੇਂਜ ਆ ਰਹੀ, ਅਗਰ ਉਹ ਛੜੀ ਚਾਂਟ ਆ ਅਤੇ 50 ਤੋਂ 60 ਦੀ ਰੇਂਜ ਆ ਰਹੀ, ਅਗਰ ਉਹ ਗੱਭਾਂ ਨਾਲ ਤਾਂ 1,00,000 ਦੀ ਰੇਂਜ ਆ ਰਹੀ, ਉਹ 2 ਕਿਲੋ ਦੁੱਧ ਪੱਕਾ ਦੇਗੀ, ਇਸ ਤੋਂ ਜ਼ਿਆਦਾ ਹੀ ਦੇਗੀ, ਇਸ ਤੋਂ ਘੱਟ ਜਿੰਨੇ ਨਾ ਲੋਕ ਲੈ ਜਾਂਦੇ ਨੇ ਜਾਂ ਕਿੱਲਿਆਂ ਦੇ ਭੁੱਖੀਆਂ ਮਾਰ ਦਿੰਦੇ ਨੇ, ਪਿਆਉਂਦੇ ਨੀ ਗੇ, ਇਹਨਾਂ ਵਿਚਾਰਿਆਂ ਨੂੰ ਖੁਰਾਕ ਔਰ ਪਾਣੀ ਨਹੀਂ ਦਿੰਦੇ, ਉਹ ਕਹਿੰਦੇ ਦੁੱਧ ਕਿਉਂ ਨਹੀਂ ਦਿੰਦੀ, ਉਹਦਾ 80 ਦਾ ਕੀ ਆ, ਜੁਆਂ ਮਾਰੋ ਦਿੰਦੀ, ਜੇ ਜੁਆਂ ਪਈਆਂ ਉਹ ਮਾਰੋ ਪਹਿਲਾਂ, ਜੁਆਂ ਉੱਥੇ ਖਾ ਜਾਂਦੀਆਂ ਭੁੱਖੀਆਂ, ਪੱਠੇ ਪਾਉਂਦੇ ਨੀ ਗੇ, ਚੋਕੇ ਸਬਜ਼ੀਆਂ ਅੱਗੇ ਰੱਖ ਦਿੰਦੇ ਨੇ, ਜਿਹੜਾ ਦੁੱਧ ਵਾਲਾ ਜਾਨਵਰ ਆ ਤੁਹਾਡਾ, ਇਹਦਾ ਦੁੱਧ ਹੈਗਾ ਇਹਦੀ ਦਾੜ ਥੱਲੇ, ਜਿੰਨੀ ਜ਼ਿਆਦਾ ਇਹਦੀ ਦਾੜ ਚਲੇਗੀ, ਜਿੱਡਾ ਮੂੰਹ ਇਹਦਾ ਚਲੇਗਾ, ਉਹਨਾਂ ਜ਼ਿਆਦਾ ਤੁਹਾਨੂੰ ਦੁੱਧ ਦੇਗੀ, ਦਾਣਾ ਪੱਕਾ ਖਾਏਗੀ ਆਪਣੇ ਦਾੜ। ਅੱਛਾ, ਫਿਰ ਪੂਰੀ ਦੁਨੀਆ ਦਾ ਜਿਹੜਾ ਕਾਨੂੰਨ ਆ ਨਾ, ਇਹ ਤੁਹਾਨੂੰ ਦੁੱਧ ਲੱਭਣਾ ਵਾ ਦਾਣੇ ਪੱਕੇ ਸਿਰ 'ਤੇ, ਪੱਠੇ ਦੇ ਸਿਰ 'ਤੇ ਦੁੱਧ ਨਹੀਂ ਲੱਭਦਾ, ਗੋਹਾ ਨਿਕਲਾ ਲੱਭਦੀਆਂ ਵਾ, ਠੀਕ ਹੈ, ਉਹ ਦਾਣਾ ਪੱਕਾ ਤੁਹਾਡਾ ਵੰਡੇ ਦੀ ਸ਼ਕਲ ਦੇ ਵਿੱਚ ਆ, ਤੁਹਾਡਾ ਆਪਣਾ ਵਾ ਕਿਸੇ ਤਰੀਕੇ ਦਾ ਵੀ ਆ, ਤੁਹਾਨੂੰ ਦੁੱਧ ਲੱਭਣਾ ਆਉਂਦਾ। ਅਤੇ ਅੱਛਾ, ਦਾਣਾ ਪੱਕਾ ਜਿਹੜਾ ਜਾਨਵਰ ਦੀ ਜ਼ਿੰਦਗੀ ਦੇ ਵਿੱਚ ਆ ਉਹ 1% ਹੋਣਾ ਚਾਹੀਦਾ, ਮਤਲਬ 3 ਕਿਲੋ ਖੁਰਾਕ ਆ ਰਿਹਾ ਜਾਨਵਰ, 2% ਉਹ ਪੱਠੇ ਹੋਣੇ ਚਾਹੀਦੇ, 1% ਦਾਣਾ ਪੱਕਾ ਹੋਣਾ ਚਾਹੀਦਾ, 1 ਕਿਲੋ ਦਾਣਾ ਪੱਕਾ ਹੋਣਾ ਚਾਹੀਦਾ, 2 ਕਿਲੋ ਪੱਠੇ ਉਹਨੂੰ ਹੋਣੇ ਚਾਹੀਦੇ, ਕੁਛ ਬੱਕਰੀ ਤੁਹਾਡੀ ਸ਼ਾਨ ਦਾ। ਅੱਛਾ ਜੀ, ਇੱਕ ਬੱਕਰੀ ਦਾ ਮਸਾਲੇ ਚਲੇ ਦਾ ਦਾਲ ਲਾ, ਦਾਲ ਲਾ ਲਓ, ਕਣਕ ਗੰਦਮ ਲਾ ਲਓ, ਨੂਸਲ ਲਾ ਲਓ, ਥੋੜੀ ਗੱਲ ਇੱਕ ਇੱਕ ਬੰਦੇ ਨੂੰ ਖੁਰਾਕ ਦੱਸੋ ਨਾ, ਦੋ ਇਹ ਕੀ ਚਾਹੀਦਾ ਹੁਣ ਜਿਹੜਾ ਸਾਡਾ, ਮੈਂ ਥੋੜੀ ਇਧਰ ਯਾਰ ਬੜੇ ਬੜੇ ਜਾਣੇ ਯਾਰ, ਸਾਰੀ ਦੱਸਣਾ ਇਹ ਹੁਣ ਸਾਡਾ ਕਾਰੋਬਾਰ ਆ, ਤੂੰ ਹੁਣ ਕਾਰੋਬਾਰ ਨੂੰ ਹੱਥ ਪਾ ਲੈ, ਉਹ ਨਹੀਂ ਕੁੜੀਆਂ ਮਾਰ ਮੰਡਾ ਤੁਹਾਡਾ ਫੋਟੇ ਤੇ ਬੇਮਤਲਬ ਇਹ ਜਿਹੜਾ ਅੱਲਾ ਦੇ ਬੰਦੇ ਦਾ ਕੋਈ ਸ਼ਾਇਦ ਨਹੀਂ ਭਾਈ, ਕੁੜੀ ਹੈ ਤੁਹਾਨੂੰ ਵੀ ਪਤਾ, ਟੀਐਮ ਆਰ ਆਪਾਂ ਪਹਿਲੇ ਬਣਾਇਆ ਨਹੀਂ, ਪਹਿਲੇ ਨੁਕਸੇ ਲੋਕਾਂ ਨੂੰ ਦੱਸਿਆ ਕਿ ਆਹ ਹੀ ਪਾਉਂਦੇ ਆ, ਲੋ ਸੁਣ ਲਓ, ਅੱਜ ਵੀ ਮੇਰੀਆਂ ਪੁਰਾਣੀਆਂ ਵੀਡੀਓ ਮੌਜੂਦ ਆ, ਇਹ ਤੇ ਪਾਕਿਸਤਾਨ ਆ, ਪੰਜਾਬ ਆ ਸਾਡਾ ਲਾਗਾ ਵਾ, ਜਾਂ ਸਿੰਧ ਵਾ, ਸਿੰਧ ਦੇ ਜੋ ਕਰਾਚੀ ਤਰ੍ਹਾਂ ਵੰਡਾ ਜਾਂਦਾ ਹੋਏਗਾ, ਜਾਂ ਤੇਰਾ ਜਾਂਦਾ ਹੋਏਗਾ, ਯਾਨੀ ਕਿ ਐਂਡ ਤੇ ਜਿੱਥੇ ਆਪਣਾ ਬਲੋਚਿਸਤਾਨ ਲਾ ਲਓ, ਪੂਰੇ ਪੰਜਾਬ ਚ ਤਕਰੀਬਨ ਪਾਕਿਸਤਾਨ ਪੂਰੇ ਜਾਂਦਾ, ਇੰਡੀਆ ਇੱਧਰ ਨਹੀਂ ਜਾਂਦਾ, ਉਹਨਾਂ ਦਾ ਦੱਸਦੇ ਚੱਲ ਉਹ ਹੀ ਜਾਏ ਕਾਮਯਾਬ, ਫਿਰ ਬੜਾ ਦਾ ਪਹੁੰਚਦਾ ਤੇ ਚਾਚਾ ਵੀ ਮੈਂ ਕਹ ਜਾਂਦੇ ਭਾਈ ਪੁੱਛ ਕੇ। ਅੱਛਾ, ਇਹਦੇ ਵਿੱਚ ਚਾਚਾ ਇਨਸ਼ਾਅੱਲਾ ਉਤਾਲਾ ਨਾ, ਉਹ ਬੱਕਰੀ ਵਾਲੇ ਬੜੇ ਤੰਗ ਨੇ, ਤਕਰੀਬਨ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਨਾ ਆਪਣਾ ਪਾਕਿਸਤਾਨ ਤੋਂ ਬਾਹਰ ਵੀ ਜਾਣ ਲੱਗਣਾ, ਜਿਸ ਫਾਰਮ ਤੇ ਆਪਾਂ ਕੰਮ ਕੀਤਾ ਨਾ ਦੁਬਈ, ਸਭ ਤੋਂ ਪਹਿਲੇ ਹਾਂਜੀ ਸਭ ਤੋਂ ਪਹਿਲੇ ਉੱਥੇ ਜਾਣਾ ਵਾ, ਤੇ ਫਿਰ ਅੱਲਾ ਦੀ ਰਹਿਮਤ ਨਾਲ ਇਸ ਤੋਂ ਅੱਗੇ ਵੀ ਜਾਣਾ ਸ਼ੁਰੂ ਹੋ ਜਾਣਾ ਵਾ ਆਟੋਮੈਟਿਕਲੀ, ਦੋ ਜਿਹਨਾਂ ਵਾ ਜੋ ਮੇਰੇ ਹਿੱਸੇ ਦਾ ਤੁਸੀਂ ਲੈ ਨਹੀਂ ਸਕਦੇ, ਸਭ ਮੇਰੀ ਫੈਮਿਲੀ ਦੇ ਵਿੱਚੋਂ ਹੀ ਆ, ਠੀਕ ਹੋ, ਤੁਹਾਡੇ ਹਿੱਸੇ ਦਾ ਮੈਂ ਨਹੀਂ ਲੈ ਸਕਦਾ, ਸਵਾਲ ਮੁਕੰਮਲ ਕਰ ਲਈਏ। ਇਹਦੇ ਵਿੱਚ ਨਾ ਅਸੀਂ ਕੰਮ ਜਿਹੜਾ ਇਸ ਟਾਈਮ ਮੌਜੂਦਾ ਨਾ ਬੱਕਰੀ ਦਾ ਉਹ ਹੈਗਾ ਵਾ ਖੁਸ਼ਕ ਚਾਰੇ, ਤੁਹਾਡੇ ਕੋਲ ਖੁਸ਼ਕ ਚਾਰਾ ਖੁਸ਼ਕ ਖੁਰਾਕ ਮੌਜੂਦ ਹੋਣੀ ਚਾਹੀਦੀ ਹੈ, ਖੁਸ਼ਕ ਖੁਰਾਕ ਹੈਗੀ 3-4 ਸ਼ਕਲਾਂ ਦੇ ਵਿੱਚ, ਕਿ ਕਿਸੇ ਵੀ ਦਾਲ ਦੇ ਛਿਲਕੇ ਲੈ ਲਓ, ਕਿਸੇ ਵੀ ਦਾਲ ਦੀ ਵੇਸਟ ਲੈ ਲਓ, ਠੀਕ ਹੋ ਗਿਆ, ਸੁੱਕਾ ਲੂਸਣ ਲੈ ਲਓ, ਸੁੱਕਾ ਬਰਸਣ ਲੈ ਲਓ, ਸੁੱਕਾ ਜੰਤਰ ਲੈ ਲਓ, ਇਹਨਾਂ ਤੁਸੀਂ ਘਰ ਆਪਣੀ ਆਸਾਨੀ ਨਾਲ ਬੱਕਰੀ ਤਿਆਰ ਕਰ ਸਕਦੇ ਹਾਂ। ਫਿਰ ਹਰ ਬੱਕਰੀ ਦੀ ਖੁਰਾਕ ਰਹਿਦਾ ਲੈਦਾ ਹੁੰਦੀ ਉਹਦੇ ਵਜ਼ਨ 'ਤੇ ਆ, ਠੀਕ ਹੈ, ਜਿਹਨੇ ਤੁਸੀਂ ਕੋਈ ਵੀ 6-7 ਐਟਮਾਂ ਮਿਕਸ ਕਰ ਲਓ, ਠੀਕ ਹੈ, ਜਿਹਨਾਂ ਦੀ ਪਾਵਰ ਜਿਹੜੀ ਆ ਉਹ 11-12 ਦੇ ਦਰਮਿਆਨ ਹੋਵੇ, CP ਪ੍ਰੋਟੀਨ ਪਾਵਰ ਜੋ ਵੀ ਲਾ ਲਓ, ਉਹਨਾਂ ਨੂੰ ਤੁਸੀਂ ਬੱਕਰੀ ਨੂੰ 6-7 ਐਟਮ ਮਿਕਸ ਕਰਕੇ ਤੁਹਾਡੀ ਆ ਪਾਵਰ ਬਣ ਜਾਵੇ, ਤੁਹਾਡੀ ਬੱਕਰੀ ਉਹ ਆਸਾਨੀ ਨਾਲ ਖਾਂਦੀ ਵੀ ਹੋਵੇ, ਪਸੰਦ ਵੀ ਕਰਦੀ ਹੋਵੇ, ਉਹ ਤੁਸੀਂ ਆਪਣੀ ਬੱਕਰੀ ਨੂੰ ਦੇ ਸਕਦੇ ਆ। ਬੱਕਰੀ ਤੁਹਾਡੀ ਉਹਦੇ ਨਾਲ ਦੁੱਧ ਵੀ ਚੰਗਾ ਦੇਗੀ, ਤੁਹਾਡਾ ਜਿਹੜਾ ਬਾੜਾ ਵਾ ਇਹ ਵੀ ਸਾਫ਼ ਰਹੇਗਾ, ਬਿਮਾਰੀ ਵੀ ਬਹੁਤ ਘੱਟ ਆਏਗੀ, ਠੀਕ, ਜਿੰਨਾ ਜ਼ਿਆਦਾ ਜੋ ਤੁਸੀਂ ਸਬਜ਼ ਪਾਉਂਦੇ ਹਾਂ ਅਸੀਂ ਉਹ ਸੁਕਾ ਕੇ ਪਾਉਂਦੇ ਹਾਂ, ਸਾਡਾ ਤਾਂ ਤੁਹਾਡਾ ਤਕਰਾਰ ਹੀ ਨਹੀਂ ਹੋਣਾ ਚਾਹੀਦਾ, ਕੋਈ ਵੀ ਦੋਸਤ ਪਾਉਂਦਾ ਵਾ ਤੁਸੀਂ ਉਹ ਸਬਜ਼ ਪਾਉਂਦੇ ਹਾਂ ਅਸੀਂ ਉਹ ਸੁੱਕਾ ਪਾਉਂਦੇ ਹਾਂ, ਇਹਦੇ ਵਿੱਚ ਤਾਂ ਇਤਰਾਜ਼ ਨਹੀਂ ਹੋਣਾ ਚਾਹੀਦਾ, ਜੋ ਤੁਸੀਂ ਪਾਉਂਦੇ ਹੋ ਅਸੀਂ ਪਾਉਂਦੇ ਹਾਂ।
ਦੂਸਰਾ ਤਰੀਕਾ ਕਰ ਰਹੇ ਹਾਂ ਕਿ ਜਿਹੜਾ ਆਪਣਾ ਇਹ ਕੰਮ ਨਹੀਂ ਕਰ ਸਕਦਾ ਉਹਨੂੰ ਅਸੀਂ ਫੀਡ ਤਿਆਰ ਕਰਕੇ ਦੇ ਰਹੇ ਹਾਂ। ਹਰ ਸ਼ੈ ਜਿਹੜੀ ਓਰੀਜਨਲ ਆ, ਅੱਲਾ ਦੇ ਫਜ਼ਲ ਸਾਡੇ ਓਪਨ ਐਲਾਨ ਹੁੰਦਾ ਯਾਰ ਕਿ ਇਸ ਮਰਜ਼ੀ ਲੈਬਾਰਟਰੀ ਤੋਂ ਟੈਸਟ ਕਰਾਓ, ਤੁਸੀਂ ਇੱਕ ਭੋਰਾ ਵਿੱਚ ਇਹਦੇ ਯੂਰੀਆ ਸਾਬਤ ਕਰ ਦਿਓ, ਕੈਮੀਕਲ ਸਾਬਤ ਕਰ ਦਿਓ, ਅਸੀਂ ਤੁਹਾਡੇ ਜੁਰਮਾਨੇ ਵਾਸਤੇ ਹੱਲ ਕਰਾਂਗੇ। ਠੀਕ ਹੋ ਗਿਆ। ਦੋ ਤਰ੍ਹਾਂ ਦੇ ਲੋਕ ਆ, ਕੁਛ ਲੋਕ ਕਹਿੰਦੇ ਅਸੀਂ ਆਪਣਾ ਬਣਾਉਣਾ ਚਾਹੁੰਦੇ ਹਾਂ, ਕੁਛ ਲੋਕ ਕਹਿੰਦੇ ਅਸੀਂ ਤੁਹਾਡੇ ਕੋਲ ਲੈਣਾ ਚਾਹੁੰਦੇ ਹਾਂ। ਅੱਛਾ, ਤੀਸਰੀ ਜਿਹੜੀ ਸਾਡੀ ਗੱਲ ਆ ਕਿ ਯਾਰ ਇਹ ਜਿਹੜੀ ਬੰਦੂਕ ਆਪਣੇ ਮੋਢੇ 'ਤੇ ਚੱਲਦੀ ਆ, ਠੀਕ ਹੋ, ਆਪੇ 6 ਮਹੀਨੇ ਸਾਲ ਦੇ ਵਿੱਚ ਸਮਝ ਆ ਜਾਂਦੀ ਹੈ ਕਿ ਸਾਨੂੰ ਬਾਹਰੋਂ ਇਸ ਕੰਪਨੀ ਕੋਲ ਲੈ ਕੇ ਪਾ ਲਈਏ ਅਸੀਂ ਤਾਂ ਬਚਦੇ ਹਾਂ, ਜਾਂ ਅਸੀਂ ਆਪਣਾ ਬਣਾ ਕੇ ਪਾ ਲਈਏ ਤਾਂ ਬਚਦੇ ਹਾਂ। ਗੱਲਾਂ ਅਸੀਂ ਜਿੰਨੀਆਂ ਮਰਜ਼ੀ ਸੁਣਾਈ ਦਈਏ ਸਾਲ ਦੇ ਵਿੱਚ ਉਹ ਸਾਰੀਆਂ ਖਤਮ ਹੋ ਜਾਣੀਆਂ। ਹਾਂਜੀ, ਹੁਣ ਬੱਕਰੀ ਦੇ ਅੱਗੇ ਆ ਗਿਆ ਕਿ ਮੌਸਮ ਵਾਈਜ਼ ਨਾ ਸਾਡੀ ਬੱਕਰੀ ਨੂੰ ਮੇਦੇ ਨੂੰ ਸਾਫ਼ ਕਰਨ ਵਾਸਤੇ ਚੀਜ਼ਾਂ ਲੱਭਦੀਆਂ ਨਹੀਂ, ਜਿਹੜਾ ਕਿ ਚੀਜ਼ਾਂ ਘਰ ਵਾਲੀ ਬੱਕਰੀ ਨੂੰ ਨਹੀਂ ਲੱਭਦੀਆਂ। ਠੀਕ ਹੋ ਗਿਆ। ਮਤਲਬ ਹੁਣ ਇਹਨਾਂ ਦਿਨਾਂ ਦੇ ਵਿੱਚ ਆਪੋ ਦੇਸੀ ਘਰ ਆਈ ਸੀ ਜਿਹੜੀ ਅੰਦਰ ਨੂੰ ਸਾਰਾ ਸਾਫ਼ ਕਰ ਦਿੰਦੀ ਸੀ। ਠੀਕ ਹੋ ਗਿਆ। ਇਸ ਤੋਂ ਥੋੜ੍ਹਾ ਜਿਹਾ ਅਗਲੇ ਦਿਨਾਂ 'ਚ ਚੱਲ ਜਾਓ ਅਤੇ ਸਾਡੇ ਕੋਲ ਇੱਟ ਸਿੱਟ 'ਤੇ ਆ ਜਾਂਦੀ ਸੀ, ਠੀਕ ਹੋ, ਤਾਂਤਲਾ ਆ ਜਾਂਦਾ ਸੀ, ਭਖੜਾ ਆ ਜਿਹੜਾ ਬੱਕਰੀ ਦੀ ਖੁਰਾਕ ਬੈਠਣ ਨਹੀਂ ਰੁਕਣ ਨਹੀਂ ਦਿੰਦਾ ਸੀ, ਸਾਫ਼ ਕਰ ਦਿੰਦਾ ਸੀ। ਹੁਣ ਬਾਅਦ ਕਈ ਜਗ੍ਹਾ 'ਤੇ ਤੁਸੀਂ ਜਾ ਕੇ ਦੇਖੋ ਤਾਂ ਦੋ ਕੰਮ ਹੋਏ ਹੁੰਦੇ, ਜਾਂ ਜਾਨਵਰ ਦਾ ਬਹੁਤ ਖੁੱਲ੍ਹਾ ਫੇਰ ਹੋ ਜਾਂਦਾ ਜਾਂ ਬਿਲਕੁਲ ਸੁਕੜ ਜਾਂਦਾ। ਹਾਲਾਂਕਿ ਇਹ ਦੋਵਾਂ ਚੀਜ਼ਾਂ ਦੇ ਉੱਤੇ ਜਿਸ ਬੰਦੇ ਦਾ ਕੰਟਰੋਲ ਹੋ ਗਿਆ, ਕੰਡ ਜਿੰਨੀ ਮੋਟੀ ਹੋ ਜਾਵੇ ਫੇਰ ਜਿੰਨਾ ਮੁਨਾਸਿਬ ਹੋਵੇ, ਫੇਰ ਸਮਝਦੇ ਨਾ ਪੇਟ ਦਾ ਡਾਇਆ ਨਾ। ਹੁਣ ਸਾਡੇ ਇੱਥੇ 80% ਪੇਟ ਦੇ ਡਾਇਸ ਹੋ ਗਏ, 10% ਜਿਹੜੇ ਪੇਟ ਦੇ ਡਾਏ ਆ ਨਾ ਉਹ ਬਹੁਤ ਫੈਲ ਗਏ ਆ, ਠੀਕ ਆ, 90% ਹੋ ਗਏ, 10% ਬੱਕਰੀਆਂ ਜਿਹੜੀਆਂ ਆਪਣੀ ਸਿਹਤ ਦੇ ਵਿੱਚ ਰਹੀਆਂ ਜਿਹਦੀ ਕੰਡ ਉੱਤਰੀ ਮੌਜੂਦ ਆ, ਜਿਹਨੇ ਬੱਕਰੀ ਦੀ ਕੰਡ ਮੌਜੂਦ ਹੋਣੀ ਹੈ, ਕੰਡ ਦੇ ਉੱਤੇ ਚਰਬੀ ਹੋਣੀ, ਫਿਰ ਬੱਕਰੀ ਨੇ ਦੁੱਧ ਦੇਣਾ ਵਾ, ਵਰਨਾ ਬੱਕਰੀ ਨੇ ਦੁੱਧ ਨਹੀਂ ਦੇਣਾ। ਐਟੋਮੈਟਿਕਲੀ ਬੱਕਰੀ ਹੀਟ ਦਾ ਮਜਮੂਆ, ਇਹਨੂੰ ਕੋਈ ਹੀਟ ਦੇਣ ਦੀ ਜ਼ਰੂਰਤ ਨਹੀਂ, ਇਹਨੂੰ ਸਿਰਫ ਖੁਰਾਕ ਤੋਂ ਐਟੋਮੈਟਿਕਲੀ ਦੁੱਧ ਪੈਦਾ ਕਰਨੀ ਸ਼ੁਰੂ ਆ ਜਾਂਦੀ ਹੋ ਜਾਂਦੀ ਆ। ਅੱਛਾ, ਜਿਸ ਬੱਕਰੀ ਦੀ ਕੰਡ ਖਤਮ ਹੋ ਗਈ ਆ, ਉਹਨੇ ਦੁਬਾਰਾ ਤੋਂ ਦੋ ਸਟੈਮ ਦੇਣਾ ਜਿਹਦੇ ਉਹਦੀ ਕੰਡ ਬੰਨ ਕੇ ਦੁਬਾਰਾ ਉਹ ਗੱਭਣ ਹੋਈ, ਪਹਿਲੇ ਕੰਡ ਬੰਨਣੀ ਆ, ਫਿਰ ਉਹਨੇ ਉਸ ਕੰਡ ਦੇ ਨਾਲ ਆਡਰ ਤਿਆਰ ਕਰਨਾ, ਫਿਰ ਦੁੱਧ ਆਉਣਾ ਵਾ, ਵਰਨਾ ਦੁੱਧ ਨਹੀਂ ਆ। ਅੱਛਾ, ਸਾਡੇ ਇੱਕ ਹੋਰ ਵੱਡਾ ਪਰੇਸ਼ਾਨੀ ਦਾ ਮਾਮਲਾ ਬਣਦਾ ਵਾ ਕਿ ਬੱਕਰੀ ਜਿਹੜੇ ਤਿਆਰ ਹੁੰਦੀ ਨਾ ਚੰਗੀ ਦੁੱਧ ਵਾਲੀ, ਇਹ ਆਖਰੀ 15 ਦਿਨ ਹੀ ਉੱਤਲਾ ਪਾਸਾ ਖੋਲ ਕੇ ਸਾਰਾ ਥੱਲੇ ਸਿੱਟ ਲੈਂਦੀ ਆ, ਸਾਡਾ ਫਾਰਮਰ ਬੱਕਰੀ ਵਾਲਾ ਪਰੇਸ਼ਾਨ ਹੋ ਜਾਂਦਾ ਵੀ ਲੱਸੀ ਪੈ ਗਈ, ਉਹਨੂੰ ਹੋਰ ਤਾਕਦਾਰੀਆਂ ਛਾਵਾਂ ਧੱਕਦਾ, ਕਦੀ ਹਾਰੋਂ, ਕਦੀ ਗੇਲ, ਕਦੀ ਕੁਛ, ਉਹ ਬੱਚਾ ਐਡਾ ਕੁ ਮੋਟਾ ਪੈਦਾ ਕਰਦੀ ਹੈ, ਉਹਨੂੰ ਬੱਚੇ ਦੀ ਇੰਨੀ ਕੁ ਤਕਲੀਫ ਹੁੰਦੀ ਆ ਕਿ ਜਿਹੜਾ ਉਹਨੇ ਥੱਲੇ ਸਿੱਟਿਆ ਹੁੰਦਾ ਸਾਰਾ ਜਲਾ ਜਾਂਦੀ ਹੈ, ਧਰਤ ਨਾਲ ਉਹਦੀ 1 ਮਹੀਨਾ ਦਰਦ ਹੀ ਨਹੀਂ ਮੁੱਕਦੀ। ਠੀਕ ਹੋ ਗਿਆ। ਲਾਸਟ ਦਿਨਾਂ ਦੇ ਵਿੱਚ ਜਿਹੜੀ ਸ਼ੈ ਬੱਕਰੀ ਨੂੰ ਬਹੁਤ ਜ਼ਿਆਦਾ ਪਾਵਰ ਦੇਵੇ ਜਾਂ ਆਰਡਰ ਨੂੰ ਬਹੁਤ ਜ਼ਿਆਦਾ ਪਾਵਰ ਦੇਵੇ, ਉਹ ਤੋਂ ਪਰਹੇਜ਼ ਕਰਨਾ ਚਾਹੀਦਾ। ਠੀਕ ਹੋ ਗਿਆ। ਅਸਲ ਵਿੱਚ ਕੋਈ ਵੀ ਭਲਵਾਨ ਉਹਨੂੰ ਤੁਸੀਂ ਪ੍ਰੈਕਸ਼ਨ ਦਿਓਗੇ ਅਤੇ ਖੁਰਾਕ ਦਿਓਗੇ ਫਿੱਟ ਹੋ ਜਾਏਗਾ, ਜੇ ਇਕੱਲੀ ਉਹਨੂੰ ਤੁਸੀਂ ਖੁਰਾਕ ਦਿੱਤੀ ਪ੍ਰੈਕਸ਼ਨ ਨਾਲ ਦਿੱਤੀ ਉਹ ਫਿੱਟ ਨਹੀਂ ਹੋਣਾ। ਇਸੇ ਤਰ੍ਹਾਂ ਚੱਡਾ ਜਿੰਨੀ ਦੇਰ ਤੁਸੀਂ ਚਾਹੁੰਦੇ ਨਹੀਂ ਗਏ, ਚੱਡੇ ਦੇ ਮਾਮਲਾਤ ਵਧਾਉਣੇ ਵਾਲੇ ਜਿੰਨੇ ਵੀ ਤੁਸੀਂ ਕਰੋਗੇ, ਚੱਡਾ ਤਾਂ ਖਰਾਬ ਹੋਣਾ ਸ਼ੁਰੂ ਹੋ ਜਾਏਗਾ, ਇੱਕ ਲਿਮਿਟ ਤੱਕ ਵਧੇਗਾ, ਮੁੜ ਉਸ ਤੋਂ ਬਾਅਦ ਉਹਦੇ ਵਿੱਚ ਹਵਾ ਨਹੀਂ ਸ਼ੁਰੂ ਹੋ ਜਾਏਗੀ, ਉਹ ਖਰਾਬ ਹੋਣਾ ਸ਼ੁਰੂ ਹੋ ਜਾਏਗਾ, ਉਹ ਪਾਈਆ ਦੁੱਧ ਹੀ ਆ ਜਾਏਗਾ। ਇਹ ਚੀਜ਼ਾਂ ਦਾ ਸਾਡੇ ਫਾਰਮਰ ਰਾਤ ਨੂੰ ਧਿਆਨ ਰੱਖਣਾ ਚਾਹੀਦਾ ਵਾ। ਅੱਛਾ, ਇਸ ਤੋਂ ਅੱਗੇ ਆ ਗਿਆ ਕਿ ਹਰ ਇਲਾਕੇ ਦੇ ਵਿੱਚ ਕੋਈ ਨਾ ਕੋਈ ਜਿਨਸ ਸਸਤੀ ਹੁੰਦੀ ਆ, ਜਿਹੜੀ ਜਿਨਸ ਸਸਤੀ ਆ ਤੁਸੀਂ 60% ਇਸਤੇਮਾਲ ਕਰ ਲਓ, ਬਾਕੀ ਚੀਜ਼ਾਂ 40% ਇਸਤੇਮਾਲ ਕਰ ਲਓ। ਆ ਬਿਲਕੁਲ ਸਾਦਾ ਸਾਫ਼ ਸੁਥਰੀ ਗੱਲ ਖੋਲ੍ਹ ਕੇ ਸਾਰਿਆਂ ਨੂੰ ਸਾਹਮਣੇ ਰੱਖ ਦਿੱਤੀ ਹੈ ਕਿ ਇਹਦੇ ਵਿੱਚ ਕੋਈ ਘੋਲ ਮਿਲਾ ਨਹੀਂ ਕਿ ਫਲਾਨੀ 5 ਕਿਲੋ ਲੈ ਲਓ, ਆ 2.5 ਕਿਲੋ ਲੈ ਲਓ, ਇਹਨੂੰ 100 ਗ੍ਰਾਮ ਪਾਉਣਾ, ਇਹਨੂੰ 200 ਗ੍ਰਾਮ ਪਾਉਣਾ, ਉਹ ਗੱਲ ਕੋਈ ਨਹੀਂ ਆਪਾਂ ਕੀ ਹੋਰ ਜਾਂ ਇਸ ਤੋਂ ਇਲਾਵਾ।